ਪੀਰਫ ਕਿਰਨ ਮੰਨਣ ਵਾਲੇ ਸਭ ਰੂਹਾਂ ਨੂੰ ਸਲਾਮ ਅਲੈਕਮ ਜੀ। ਤੁਸੀਂ ਦੇਖ ਰਹੇ ਹੋ ਫਕੀਰੀ ਰੱਖ ਚੈਨਲ। ਇੱਕ ਵਾਰ ਫਿਰ ਹਾਜ਼ਰ ਹਾਂ ਆਪ ਦੀ ਖਿਦਮਤ ਦੇ ਵਿੱਚ ਅੱਜ ਦਾ ਪੈਗਾਮ ਲੈ ਕੇ। ਅੱਜ ਦੇ ਇਸ ਪੈਗਾਮ ਦੇ ਵਿੱਚ ਆਪ ਜੀ ਦੇ ਨਾਲ ਗੱਲ ਸਾਂਝੀ ਕਰਾਂਗਾ ਕਿ ਅਗਰ ਅਸੀਂ ਵਾਰ ਵਾਰ ਦੁਆ ਕਰਦੇ ਹਾਂ, ਵਾਰ ਵਾਰ ਦੁਆ ਕਰਨ ਤੋਂ ਬਾਅਦ ਵੀ ਸਾਨੂੰ ਕੁਝ ਨਹੀਂ ਮਿਲਦਾ ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ? ਕਿਉਂਕਿ ਇੱਕ ਆਸ ਹੁੰਦੀ ਹੈ ਮਾਲਕ ਦੇ ਉੱਪਰ, ਅਸੀਂ ਉਸਦੇ ਅੱਗੇ ਪੱਲਾ ਅੱਡ ਕੇ ਦੁਆ ਕਰਦੇ ਹਾਂ, ਫਰਿਆਦ ਕਰਦੇ ਹਾਂ ਕਿ ਹੈ ਮਾਲਿਕ ਸਾਡੀ ਝੋਲੀ ਦੇ ਵਿੱਚ ਖੈਰ ਪਾ ਦੇ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਨੂੰ ਵੀ ਪਾਰ ਲਾ। ਜਦੋਂ ਮਾਲਿਕ ਦੇ ਘਰ ਜਾ ਕੇ ਦੁਆ ਬੇਨਤੀਆਂ ਫਰਿਆਦਾਂ ਕਰਦੇ ਹਾਂ ਤਾਂ ਫਿਰ ਵੀ ਸਾਡਾ ਜਿਹੜਾ ਉਹ ਮਾਲਕ ਦੇ ਘਰੋਂ ਸੁਨੇਹਾ ਪੂਰਾ ਨਹੀਂ ਹੁੰਦਾ, ਅਸੀਂ ਫਿਰ ਨਿਰਾਸ਼ ਹੁੰਦੇ ਹਾਂ। ਵਾਰ ਵਾਰ ਦੁਆਵਾਂ ਕਰਨ ਤੋਂ ਬਾਅਦ ਵੀ ਨਹੀਂ ਮਿਲਿਆ ਅਤੇ ਕਰਨਾ ਕੀ ਹੈ? ਉਹਦੇ ਬਾਰੇ ਅੱਜ ਦੇ ਇਸ ਪੈਗਾਮ ਦੇ ਵਿੱਚ ਆਪਦੇ ਨਾਲ ਗੱਲ ਸਾਂਝੀ ਕਰਾਂਗਾ। ਸਵਾ ਵਜ ਦੇ ਪੈਗਾਮ ਆਪਾਂ ਸ਼ੁਰੂ ਕਰੀਏ ਉਸ ਖੁਦਾ ਦੇ ਨਾਂ 'ਤੇ ਜੋ ਹਰ ਇੱਕ 'ਤੇ ਮਿਹਰਬਾਨ ਔਰ ਨਿਗਹਿਬਾਨ ਹੈ। ਵਾਰ ਵਾਰ ਮੰਗ ਰਹੇ ਹਾਂ ਨਹੀਂ ਮਿਲਦਾ, ਫਿਰ ਕਈ ਵਾਰੀ ਅਸੀਂ ਆਪਣੇ ਆਪ ਨੂੰ ਕੋਸਦੇ ਹਾਂ, ਕਈ ਵਾਰੀ ਅਸੀਂ ਕੋਸਦੇ ਹਾਂ ਕਿ ਰੱਬ ਸੁਣਦਾ ਹੀ ਨਹੀਂ। ਪਰ ਰੱਬ ਕਾਹਤੇ ਨਹੀਂ ਸੁਣਦਾ, ਇਹਦੇ ਉੱਤੇ ਜ਼ੋਰ ਘੱਟ ਦਿੰਦੇ ਹਾਂ। ਇੱਥੇ ਇੱਦਾਂ ਹੁੰਦੀ ਹੈ ਕਿ ਜਦੋਂ ਸਾਨੂੰ ਵਾਰ ਵਾਰ ਮੰਗਣ 'ਤੇ ਵੀ ਕੁਝ ਨਹੀਂ ਮਿਲਦਾ ਫਿਰ ਅਸੀਂ ਕੀ ਕਰਨਾ ਕਿ ਅਸੀਂ ਉਸ ਵੇਲੇ ਉਸ ਵਕਤ ਸਬਰ ਕਰਨਾ, ਕਿਉਂਕਿ ਜੋ ਸਬਰ ਕਰਦਾ ਨਾ ਇਨਸਾਨ, ਆਪਾਂ ਕਹਿੰਦੇ ਕਿ ਜਿਹਨੇ ਕੀਤਾ ਸਬਰ ਉਹਨੂੰ ਰੱਬ ਆਪ ਦੇਖਦਾ, ਰੱਬ ਉਹਦੀ ਖਬਰ ਲੈਂਦਾ। ਜਿਹਨੇ ਸਬਰ ਕੀਤਾ ਉਹਨੂੰ ਮਾਲਕ ਨੇ ਆਪ ਆਪਣੇ ਹੱਥਾਂ ਦੇ ਨਾਲ ਅੱਗੇ ਲੈ ਕੇ ਜਾਣਾ, ਕਿਉਂਕਿ ਸਬਰ ਕਰਨ ਵਾਲੇ ਨੂੰ ਇੱਥੇ ਸਭ ਕੁਝ ਮਿਲਦਾ। ਅਤੇ ਜਦੋਂ ਆਪਾਂ ਸਬਰ ਕਰਕੇ ਰਹਿੰਦੇ ਹਾਂ ਕਿ ਸਾਨੂੰ ਵਾਰ ਵਾਰ ਮੰਗਿਆ ਨਹੀਂ ਮਿਲਦਾ, ਸਬਰ ਕੀਤਾ ਅਤੇ ਮਾਲਕ ਨੇ, ਕਿਉਂਕਿ ਉਹਨੇ ਸੋਚਿਆ ਹੁੰਦਾ ਕਿ ਇਸ ਇਨਸਾਨ ਨੂੰ ਮੈਂ ਕਿਤੇ ਹੋਰ ਮੰਜ਼ਿਲ 'ਤੇ ਲੈ ਕੇ ਜਾਣਾ, ਕੋਈ ਹੋਰ ਮੰਜ਼ਿਲ ਅਤਾ ਕਰਨੀ ਹੈ, ਇਹਦੇ ਮੁਕਾਮ ਕਿਤੇ ਹੋਰ ਹੈ। ਸੋ ਇਸ ਕਰਕੇ ਸਾਨੂੰ ਕਈ ਵਾਰੀ ਛੋਟੀਆਂ ਮੋਟੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਵਿੱਚ ਸਾਨੂੰ ਸਕਸੈਸ ਨਹੀਂ ਮਿਲਦੀ, ਸਾਨੂੰ ਅੱਗੇ ਅਸੀਂ ਨਹੀਂ ਜਾਂਦੇ, ਅਸੀਂ ਨਿਰਾਸ਼ ਹੋ ਜਾਂਦੇ ਹਾਂ, ਬਹਿ ਜਾਂਦੇ ਹਾਂ ਕਿ ਸਾਨੂੰ ਇਹ ਮੰਗ ਰਹੇ ਹਾਂ ਮਿਲਦਾ ਨਹੀਂ। ਉਹਨੇ ਕੁਝ ਬਿਹਤਰ ਸੋਚਿਆ ਹੁੰਦਾ, ਕੁਝ ਅੱਗੇ ਲਿਜਾਣ ਦੀ ਸੋਚੀ ਹੁੰਦੀ ਹੈ। ਇਸ ਕਰਕੇ ਅਸੀਂ ਮਾਲਕ ਦੇ ਘਰ ਦੇ ਵਿੱਚੋਂ ਆਪਣੀ ਝੋਲੀ ਫੈਲਾ ਕੇ ਮੰਗਦੇ ਰਹਿਣਾ, ਖੈਰ ਮਿਲੇ ਨਾ ਮਿਲੇ ਬੂਹਾ ਖੜਕਾਉਂਦੇ ਰਹਿਣਾ, ਕਿਉਂਕਿ ਜੋ ਬੂਹਾ ਖੜਕਾਵੇਗਾ ਉਸ ਲਈ ਹੀ ਬੂਹਾ ਖੋਲ੍ਹਿਆ ਜਾਵੇਗਾ, ਜਿਸ ਨੇ ਬੂਹਾ ਖੜਕਾਇਆ ਹੀ ਨਹੀਂ ਉਹਦੇ ਲਈ ਬੂਹਾ ਨਹੀਂ ਖੁੱਲ੍ਹੇਗਾ। ਤੋ ਇਸ ਕਰਕੇ ਆਪਾਂ ਮਾਲਕ ਦੇ ਅੱਗੇ ਦੁਆਵਾਂ ਬੇਨਤੀਆਂ ਫਰਿਆਦਾ ਕਰਦੇ ਰਹਿਣਾ ਅਤੇ ਸਬਰ ਦੇ ਵਿੱਚ ਰਹਿਣਾ ਕਿ ਇੱਕ ਨਾ ਇੱਕ ਦਿਨ ਉਸ ਘਰ ਦੇ ਵਿੱਚੋਂ ਸਾਨੂੰ ਖੈਰ ਜ਼ਰੂਰ ਮਿਲੇਗੀ। ਤੋ ਮਿਲੇਗੀ ਉਸਨੂੰ ਜੋ ਆਪਣੀ ਜਿਹੜੀ ਹੈ ਨਿਸਬਤ, ਆਪਣਾ ਇਸ਼ਕ ਸਰਕਾਰਾਂ ਦੇ ਨਾਲ ਜੋੜ ਕੇ ਰੱਖੇਗਾ, ਮਾਲਕ ਦੇ ਘਰ ਦੇ ਅੱਗੇ ਆਪਣੇ ਆਪ ਨੂੰ ਦਰਵੇਸ਼ ਦੀ ਤਰ੍ਹਾਂ ਰੱਖੇਗਾ ਕਿ ਨੀਵੇਂ ਹੋ ਕੇ ਅਸੀਂ ਬੰਧ ਲੈ ਸਕਦੇ ਹਾਂ, ਜੇ ਅਸੀਂ ਭਰ ਕੇ ਜਾਵਾਂਗੇ ਕਿ ਸਾਨੂੰ ਪਤਾ ਸਾਨੂੰ ਸਾਰਾ ਹੀ ਆਉਂਦਾ ਤਾਂ ਫਿਰ ਕੁਝ ਨਹੀਂ ਮਿਲਣਾ। ਨੀਵੇਂ ਹੋ ਕੇ ਦਾਤੇ ਦੇ ਘਰ ਦੇ ਵਿੱਚੋਂ ਜੋ ਲੈਣਾ ਉਹ ਮਿਲ ਜਾਵੇਗਾ। ਤੋ ਦਾਤਾ ਦਾਤਾ ਵੰਡਣ ਵਾਲਾ ਹੈ ਅਤੇ ਦਾਤਾ ਲੈਣ ਵਾਲੇ ਅਸੀਂ ਹਾਂ, ਅਸੀਂ ਕਿਸ ਤਰੀਕੇ ਨਾਲ ਉਸ ਦਰ ਤੋਂ ਦਾਤਾ ਮੰਗਦੇ ਹਾਂ ਉਹ ਅਸੀਂ ਦੇਖਣਾ, ਕਿਉਂਕਿ ਇੱਥੇ ਮੰਗਣ ਤੋਂ ਵੱਧ ਮਿਲਦਾ ਆ, ਜਿੰਨਾ ਅਸੀਂ ਮੰਗਿਆ ਉਹ ਤੋਂ ਕਿਤੇ ਗੁਣਾ ਵੱਧ ਮਿਲਦਾ, ਪਰ ਸਾਨੂੰ ਢੰਗ ਨਹੀਂ, ਸਾਨੂੰ ਤਰੀਕਾ ਨਹੀਂ, ਤਰੀਕਾਕਾਰ ਹੀ ਸਿੱਖਣਾ। ਮੰਗਤੇ ਹੋ ਕੇ ਨੀਵੇਂ ਹੋ ਕੇ ਆਪਾਂ ਜਦੋਂ ਮੰਗੀਏ ਤਾਂ ਸਾਨੂੰ ਖੈਰ ਜ਼ਰੂਰ ਮਿਲਦੀ ਹੈ। ਸਵਾਸ ਕਰਦਾ ਕਿ ਆਪ ਜੀ ਨੂੰ ਅੱਜ ਦੇ ਇਸ ਪੈਗਾਮ ਵਿੱਚ ਕੁਝ ਸਿੱਖਣ ਮਿਲਿਆ ਹੋਵੇਗਾ। ਅੱਜ ਲਈ ਇੰਨਾ ਹੀ, ਜਲਦ ਹਾਜ਼ਰ ਹੋਵੇਗਾ ਨਵੀਂ ਵੀਡੀਓ ਨਾਲ। ਤਦ ਤੱਕ ਲਈ ਹੱਕ ਮੁਰਸ਼ਦ ਸੱਚ ਮੁਰਸ਼ਦ।